ਸਿਮਰਜੀਤ ਸਿੰਘ ਬੈਂਸ ਨੇ ਕੀਤਾ ਫਲਾਈਓਵਰ ਦੇ ਹੇਠਾਂ ਧਸਣ ਦਾ ਨਿਰੀਖਣ। ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਅਤੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਦੇ ਗਿੱਲ ਚੌਂਕ ਦੇ ਉੱਪਰ ਬਣੇ ਫਲਾਈਓਵਰ ਦੇ ਹੇਠਾਂ ਧਸਣ ਦਾ ਨਿਰੀਖਣ ਕੀਤਾ। ਇਸ ਮੌਕੇ ਉਹਨਾਂ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਮੌਜੂਦਾ ਪ੍ਰਸ਼ਾਸਨ ਉੱਪਰ ਕਈ ਸਵਾਲ ਖੜੇ ਕੀਤੇ। ਇਹ ਜਿਹੜਾ ਪੁਲ ਹੈਗਾ ਇਹ ਮੇਰਾ ਖਿਆਲ ਜਦੋਂ ਅਰਸਾ ਲੰਬਾ ਹੋ ਗਿਆ ਜਦੋਂ ਮੈਂ ਕੌਂਸਲਰ ਸੀ ਅਤੇ ਇਸ ਪੁਲ ਦਾ ਜਦੋਂ ਠੇਕਾ ਕੱਢਿਆ ਗਿਆ ਅਤੇ ਉਸ ਠੇਕੇ ਦੇ ਵਿੱਚ ਦੋ ਸ਼ਰਤਾਂ ਸੀਗੀਆਂ, ਦੋ ਤੁਲਨਾਤਮਕ ਰਿਪੋਰਟਾਂ ਬਣਨੀਆਂ ਸੀ, ਕੰਪੈਰੀਜ਼ਨ ਸਟੇਟਮੈਂਟਾਂ ਦੋ ਬਣਨੀਆਂ ਸੀ। ਇੱਕ ਸੀਗੀ ਵੀ ਜਿਹੜਾ ਸਭ ਤੋਂ ਘੱਟ ਰੇਟਾਂ 'ਚ ਬਣਾਊਗਾ ਅਤੇ ਦੂਸਰੀ ਸੀ ਟੈਕਨੀਕਲ ਸਪੈਸੀਫਿਕੇਸ਼ਨ ਕਿ ਉਹ ਕੰਪਨੀ ਜਿਹਨੇ ਪੁਲ ਬਣਾਉਣਾ ਉਹਦੇ ਕੋਲ ਤਜਰਬਾ ਕੀ ਹੈ। ਪੈਸਿਆਂ ਵਾਲੀ ਕੰਸਿਡਰ ਕਰ ਲਈ ਅਤੇ ਤਜਰਬੇ ਵਾਲੀ ਤੁਲਨਾਤਮਕ ਰਿਪੋਰਟ 'ਤੇ ਪਾਣੀ ਫੇਰਤਾ। ਮੈਂ ਹਾਊਸ ਦੇ ਵਿੱਚ ਰੌਲਾ ਪਾਇਆ, ਵਿਕਾਸ ਪ੍ਰਤਾਪ ਜੀ ਕਮਿਸ਼ਨਰ ਹੁੰਦੇ ਸੀ, ਵੱਡੀ ਪੱਧਰ 'ਤੇ ਰਿਸ਼ਵਤਖੋਰੀ ਕੀਤੀ ਗਈ, ਅੱਖਾਂ ਮੀਟ ਕੇ ਇੱਕ ਨਾ ਤਜਰਬੇਕਾਰ ਕੰਪਨੀ ਨੂੰ ਇਸ ਪੁਲ ਦਾ ਠੇਕਾ ਦੇ ਦਿੱਤਾ ਗਿਆ। ਮੈਂ ਉਦੋਂ ਖਦਸ਼ੇ ਯਾਰ ਕੀਤੇ ਸੀ ਵੀ ਇਹ ਪੁਲ ਗਿਰੇਗਾ ਅਤੇ ਅੱਜ ਉਹ ਗੱਲ ਸੱਚੀ ਹੋਈ ਆ। ਵਾਹਿਗੁਰੂ ਦੀ ਕਿਰਪਾ ਨਾਲ ਬੰਦਿਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਹਿਲੀ ਗੱਲ ਹੈਗੀ ਆ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਵੇਲੇ ਤੁਲਨਾਤਮਕ ਰਿਪੋਰਟ ਨਾ ਤਜਰਬੇਕਾਰ ਕੰਪਨੀ ਨੂੰ ਪੁਲ ਦਾ ਠੇਕਾ ਪੈਸੇ ਲੈ ਕੇ ਰਿਸ਼ਵਤ ਲੈ ਕੇ ਦਿੱਤਾ ਗਿਆ। ਅਤੇ ਦੂਸਰੀ ਆ ਮੇਰੇ ਕੋਲ ਇੱਕ ਵੀਡੀਓ ਹੈ, ਇਹ ਵੀਡੀਓ ਨਾਲ ਦੇ ਲੋਕਾਂ ਨੇ ਸ਼ੂਟ ਕਰਕੇ ਅੱਜ ਤੋਂ ਤਕਰੀਬਨ ਅਰਸਾ ਇੱਕ ਮਹੀਨਾ ਪਹਿਲਾਂ ਸਮੇਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਸਮੇਂ ਦੇ ਮੋਤਬਰ ਜਿਹੜੇ ਸੱਤਾਧਾਰੀ ਲੀਡਰ ਉਹਨਾਂ ਨੂੰ ਭੇਜੀ, ਭਾਈ ਪੁਲ ਡਿੱਗ ਜਾਣਾ ਹਾਂ, ਥੱਲੇ ਇਹਦੇ ਘਰਾਲਾਂ ਪੈ ਗਈਆਂ, ਚੂਹਿਆਂ ਨੇ ਬਹੁਤ ਵੱਡੇ ਵੱਡੇ ਖੱਡੇ ਕੀਤੇ ਹੋਏ ਆ, ਕਿਸੇ ਨੇ ਧਿਆਨ ਨਹੀਂ ਕੀਤਾ। ਅਤੇ ਅੱਜ ਇੱਥੇ ਆ ਕੇ ਮਗਰਮੱਛ ਦੇ ਹੰਝੂ ਵਹਾ ਰਹੇ ਆ, ਅੱਜ ਇੱਥੇ ਆ ਕੇ ਵੱਡੇ ਵੱਡੇ ਦਮਗਜੇ ਭਰ ਰਿਹਾ। ਸੋ ਮੈਂ ਇਹ ਮਸਲਾ ਜਿਹੜਾ ਪੰਜਾਬ ਵਿਧਾਨ ਸਭਾ ਦੀ ਸਾਡੀ ਜਿਹੜੀ ਲੋਕਲ ਬਾਡੀ ਕਮੇਟੀ ਹੈ ਉਹਦੇ ਵਿੱਚ ਲੈ ਕੇ ਜਾਵਾਂਗਾ ਤਾਂ ਜੋ ਅਗਲੇ ਕਿਸੇ ਵੀ ਠੇਕੇਦਾਰ ਤੋਂ ਕਿਸੇ ਕੰਪਨੀ ਤੋਂ ਬੇਈਮਾਨ ਜਿਹੜਾ ਮਾਫੀਆ ਰਲਿਆ ਹੋਇਆ ਉਹ ਪੈਸੇ ਲੈ ਕੇ ਨਾ ਤਜਰਬੇਕਾਰ ਗੈਰ ਜ਼ਿੰਮੇਵਾਰ ਅਤੇ ਮਾੜਾ ਕੰਮ ਕਰਨ ਵਾਲੀਆਂ ਕੰਪਨੀਆਂ ਤੋਂ ਲੁਧਿਆਣਾ ਸ਼ਹਿਰ ਨੂੰ ਨਿਜਾਤ ਦਵਾ ਸਕੇ।